Disclaimer. This video is made for entertainment purpose only. Welcome back to my channel guys. ਅੱਜ ਦਾ ਵਲੌਗ ਆਪਾਂ ਤੁਸੀਂ ਕਰਦੇ ਆਂ। ਅੱਜ ਦੇ ਵਲੌਗ ਚ ਆਪਾਂ ਪਹੁੰਚੇ ਜੀ ਸ੍ਰੀ ਤਰਨਤਾਰਨ ਸਾਹਿਬ। ਤੁਸੀਂ ਪਿੱਛੇ ਦੇਖਦੇ ਹੋ ਕਿ ਇਹ ਗੇਟ ਬਣਿਆ। ਇਸ ਟਾਈਮ ਆਪਾਂ ਆਏ ਹਾਂ ਜੀ ਤਰਨਤਾਰਨ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ। ਆਪਾਂ ਸੋਚਿਆ ਆਪਾਂ ਨਾਲ ਕੇ ਆਏ ਤੇ ਨਾਲੇ ਆਪਾਂ ਦਰਸ਼ਨ ਦੀਦਾਰੀ ਕਰ ਲੈਂਦੇ ਹਾਂ ਤਰਨਤਾਰਨ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ, ਕਿਉਂਕਿ ਆਪਾਂ ਕਿੰਨੇ ਟਾਈਮ ਬਾਅਦ ਇੱਥੇ ਆਏ ਹਾਂ। ਸੋਚਿਆ ਚਲੋ ਅੱਜ ਦਰਸ਼ਨ ਕਰਾਉਂਦੇ, ਨਾਲ ਤੁਹਾਨੂੰ ਵੀ ਅਜੇ ਦਰਸ਼ਨ ਕਰਾਉਂਦੇ ਹਾਂ। ਅਜੇ ਚੱਲਦੇ ਹੀ ਹੋਣ ਆਪਾਂ ਅੰਦਰ। Thank you.
ਦੇਖੋ ਜਿੱਦਾਂ ਆਪਾਂ ਦਰਬਾਰ ਸਾਹਿਬ ਜੀ ਐਂਟਰ ਕਰਦੇ ਹਾਂ, ਜਿਹੜਾ ਗੇਟ ਹੈ ਇੱਕ ਸਾਈਡ ਤੇ, ਉਧਰ ਸਾਹਮਣੇ ਇੱਥੇ ਐਂ ਕਰਕੇ ਭੂਲ ਭੁਲੱਈਆ ਜੀ ਬਣੀ ਹੁੰਦੀ। ਹੁਣ ਆਪਾਂ ਇਹ ਪਾਰ ਕਰਕੇ ਦੇਖਦੇ ਪਏ ਸੀਗੇ ਕਿ ਕਿੱਧਰ ਨੂੰ ਰੂਟ ਨਿਕਲਦਾ ਇਹਦਾ। ਉਹ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ ਨੂੰ। ਦੇਖੋ ਕਿੰਨੀਆਂ ਸੋਹਣੀਆਂ ਲਹਿਰਾਂ ਲੱਗਦੀਆਂ ਪਈਆਂ ਨੇ, ਹਵਾ ਬਹੁਤ ਚੱਲਦੀ ਪਈ ਸੀਗੀ। ਤੇ ਇਹ ਦੇਖੋ ਜੀ ਬਹੁਤ ਪੁਰਾਣਾ ਜਿਹੜਾ ਖੂਹ ਇੱਕ ਸਾਈਡ ਤੇ, ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ, ਕਹਿੰਦੇ ਸਰਾਂ ਸੀਗੀ ਇੱਥੇ, ਤੇ ਬਹੁਤ ਪੁਰਾਣੀ ਸਰਾਂ ਸੀਗੀ। ਹੁਣ ਤਾਂ ਵੈਸੇ ਹੈ ਨੀ ਗੀ, ਕਿਉਂਕਿ ਇੱਕ ਪਰਲੇ ਬਣੇ ਕੰਧ ਕੀ ਇੱਧਰਲੇ ਬਣੇ। ਤੇ ਇਹ ਹੈਗਾ ਜੀ ਮੇਨ ਦੇਖੋ ਗੇਟ, ਜਿਹੜਾ ਦੂਜਾ ਗੇਟ ਜਿਹੜਾ ਦਰਬਾਰ ਸਾਹਿਬ ਜੀ ਦਾ। ਤੇ ਉਹ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜੀ ਕੁਛ ਖਾਣ ਪੀਣ ਲਈ। ਆਪਾਂ ਬਾਜ਼ਾਰ ਚੁਰ ਘੁੰਮ ਲਿਆ ਸੀਗਾ, ਹੁਣ ਆਪਾਂ ਆਏ ਹਾਂ ਜੀ ਇੱਥੇ ਦੁਕਾਨ ਦੇ ਉੱਤੇ। ਹੁਣ ਆਪਾਂ ਇੱਥੇ ਲੱਗੇ ਹਾਂ ਗੋਲ ਗੱਪੇ ਖਾਣ, ਸਾਰੇ ਜਣੇ ਲੱਗੇ ਗੋਲ ਗੱਪਾ ਪਾਰਟੀ ਕਰਨ। ਹੁਣ ਆਪਾਂ ਗੋਲ ਗੱਪੇ ਖਾ ਕੇ ਫਿਰ ਚੱਲਾਂਗੇ ਜੀ ਘਰ ਨੂੰ। ਹੁਣ ਆਪਾਂ ਗੋਲ ਗੱਪੇ ਖਾ ਲੈਣਾ, ਫਿਰ ਆਪਾਂ ਚੱਲਦੇ ਜੀ ਘਰ ਨੂੰ। ਨਾਲ ਨਾਲ ਤੁਸੀਂ ਵੇਖਦੇ ਆ ਜੀ।